ਦੀ ਰੁੱਤ ਬਰਾਮਦ ਕੀਤੀ ਗਈ ਅਤੇ ਫਿਰੋਜ਼ਪੁਰ ਸਿਟੀ ਵਿੱਚੋਂ ਜਿਹੜਾ ਹੈਗਾ ਉਹ ਬੱਟੀਆਂ ਵਾਲੀ ਬਸਤੀ ਦਾ ਰਹਿਣ ਵਾਲਾ ਹੈਗਾ ਅਤੇ ਇੱਥੇ ਫਿਰੋਜ਼ਪੁਰ ਸ਼ਹਿਰ ਵਿੱਚੋਂ ਉਸ ਤੋਂ ਬਰਾਮਦ ਕੀਤੀ ਗਈ ਹੈ। ਇਹ ਕੱਚੇ ਰਸਤੇ 'ਤੇ ਸਾਡਾ ਨਾਕਾ ਲਾ ਕੇ ਇਨਫੋਰਮੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ ਜਿਹੜੀ ਪ੍ਰਿਲਿਮਰੀ ਪੁੱਛਤਾਛ ਹੈਗੀ ਸਾਡੀ ਇਹਦੇ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਦੋ ਵਾਰ ਕੰਸਾਈਨਮੈਂਟ ਲਿਆ ਕੇ ਜਿਹੜਾ ਹੈਗਾ ਵੇਚ ਚੁੱਕਿਆ ਹੈਗਾ ਬਟ ਡਿਟੇਲ ਪੜਤਾਲ ਕਰਨ ਤੋਂ ਪਤਾ ਲੱਗਦਾ ਕਿ ਕਿੰਨੇ ਦਿਨ ਇਹਨੂੰ ਹੋ ਗਏ ਬਟ ਜਿਹੜੀ ਪ੍ਰਿਲਿਮਰੀ ਹੈਗੀ ਉਸ ਤੋਂ ਹੈਗਾ ਕਿ ਵੀ ਦੋ ਤਿੰਨ ਮਹੀਨੇ ਤੋਂ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਐਨ ਡੀ ਪੀ ਐਸ ਦਾ ਮੁਕਦਮਾ ਦਰਜ ਹੈਗਾ ਬਟ ਡਿਟੇਲਸ ਅਸੀਂ ਕਢਾ ਰਹੇ ਹੈਗੇ ਦੋ ਤਿੰਨ ਮੁਕਦਮੇ ਇੱਥੇ ਦਰਜ ਹੈਗੇ। ਸਰ ਇਹ ਜਿਹੜੀ ਹੀਰੋਇਨ ਹੈ ਇਹ ਕਿੱਥੋਂ ਲੈ ਕੇ ਆਉਂਦਾ ਠੀਕ ਹੈ ਅਫੀਮ ਦੀ ਗੱਲ ਕਰੀਏ ਤਾਂ ਕਿੱਥੋਂ ਲੈ ਕੇ ਆਉਂਦਾ ਉਹ ਸਾਰੀ ਪੜਤਾਲ ਜਿਹੜੀ ਹੈਗੀ ਹੈ ਜਿਹੜੀ ਤੁਹਾਡਾ ਜਿਹੜਾ ਸਵਾਲ ਹੈਗਾ ਉਹ ਫੋਰਵਰਡ ਅਤੇ ਬੈਕਵਰਡ ਲਿੰਕ ਅਸੀਂ ਟਰੇਸ ਕਰ ਰਹੇ ਹਾਂ ਅਤੇ ਕਾਫੀ ਬੜੇ ਨੈਕਸਸ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਸਰ ਕੀ ਪ੍ਰੋਬਲਮ ਕੀਤਾ ਸੀਗਾ ਜਿਹੜੀ ਰਿਕਵਰੀ ਹੁਣ ਤੱਕ ਸਤੰਬਰ ਮਹੀਨੇ ਦੀ ਫਿਰੋਜ਼ਪੁਰ ਪੁਲਿਸ ਵੱਲੋਂ ਕੀਤੀ ਗਈ ਹੈਗੀ ਉਹ ਅਸੀਂ ਐਨ ਡੀ ਪੀ ਐਸ ਦੇ 24 ਕੇਸਿਸ ਰਜਿਸਟਰ ਕੀਤੇ ਹੈਗੇ ਅਤੇ ਉਹਦੇ ਵਿੱਚ 29 ਬੰਦੇ ਅਸੀਂ ਅਰੈਸਟ ਕੀਤੇ। ਹੁਣ ਤੱਕ ਲਗਭਗ 1 ਕਿਲੋ 800 ਗ੍ਰਾਮ ਤੋਂ ਜ਼ਿਆਦਾ ਹੈਰੋਇਨ 31 ਕਿਲੋ ਬੁੱਕੀ ਚੂਰਾ ਪੋਸਟ 1 ਕਿਲੋ ਅਫੀਮ ਅਤੇ ਕੁਛ ਨਸ਼ੀਲਾ ਪਾਊਡਰ ਸਾਡੀ ਟੀਮ ਨੇ ਬਰਾਮਦ ਕੀਤਾ ਹੈਗਾ। ਕਦੋਂ ਤੋਂ ਲੈ ਕੇ ਕਦੋਂ ਤੱਕ ਜਿਹੜਾ ਸਤੰਬਰ ਮਹੀਨੇ ਦੀ ਕੱਲ੍ਹ ਤੱਕ ਦੀ ਰਿਕਵਰੀ ਹੈਗੀ ਸਾਡੀ ਅਤੇ ਉਸ ਤੋਂ ਇਸੀ 'ਚ ਜਿਹੜਾ ਹੈਗਾ ਜਿਹੜੀ ਮੇਜਰ ਰਿਕਵਰੀ ਕੱਲ੍ਹ ਸਾਡੀ ਟੀਮ ਨੇ ਕੀਤਾ ਹੈਗਾ ਵਿੱਚ ਗੋਲੀਆਂ ਚੱਲੀਆਂ ਹੈਗੀਆਂ ਸੀਗੀਆਂ ਦੋ ਲੋਕ ਉੱਥੇ ਡੈੱਡ ਵੀ ਹੋਏ ਸੀਗੇ ਕਈ ਜ਼ਖਮੀ ਵੀ ਹੋਏ ਸੀ ਉਸ ਕੇਸ ਦੀ ਗੱਲ ਕਰੀਏ ਤਾਂ ਕਿੰਨੇ ਦੋਸ਼ੀ ਸਰ ਹੁਣ ਤੀਕਰ ਫੜੇ ਗਏ ਹੈਗੇ ਸਰ ਮਾਮਲਾ ਕੀ ਸੀਗਾ ਜੀ ਬੜਾ ਅਨਫੋਰਚੁਨੇਟ ਇੰਸੀਡੈਂਟ ਉੱਥੇ ਫਤਿਹਗੜ੍ਹ ਸਰਦਾਰ 'ਚ ਵਾਪਰਿਆ ਜਿਹਦੇ ਵਿੱਚ ਦੋ ਦਿਨਾਂ ਦੀ ਆਪਸੀ ਜ਼ਮੀਨ ਨੂੰ ਲੜਾਈ ਨੂੰ ਲੈ ਕੇ ਅਤੇ ਫੋਰਸਫੁਲ ਕਬਜ਼ੇ ਨੂੰ ਲੈ ਕੇ ਉੱਥੇ ਦੋ ਬੰਦਿਆਂ ਦਾ ਮੌਕੇ 'ਤੇ ਦੇਹਾਂਤ ਹੋਇਆ ਕਤਲ ਹੋਇਆ ਅਤੇ ਉਸ ਤੋਂ ਇਲਾਵਾ ਬਾਕੀ 3 ਬੰਦੇ ਇੰਜਰਡ ਹੋਏ ਅਤੇ ਇਸ ਸੰਬੰਧ ਵਿੱਚ ਜਿਹੜਾ ਬੁਧਈ ਪਾਰਟੀ ਨੇ ਮੁਕੱਦਮਾ ਦਰਜ ਕਰਾਇਆ ਉਹ ਲਗਭਗ 15-16 ਦੋਸ਼ੀਆਂ 'ਤੇ ਬਾਈ ਨੇਮ ਇਹਨਾਂ ਨੇ ਮੁਕੱਦਮਾ ਦਰਜ ਕਰਾਇਆ ਅਤੇ ਇਸ ਤੋਂ ਇਲਾਵਾ ਕਾਫੀ 20-25 ਬੰਦੇ ਅਨਨੋਨ ਨਾਮ ਦੇ ਪਾਏ ਜਿਹੜੇ ਦੋਸ਼ੀ ਹੈਗੇ ਉਹਨਾਂ 'ਚੋਂ ਹੁਣ ਤੱਕ ਦੀ ਗ੍ਰਿਫਤਾਰੀ 5 ਦੋਸ਼ੀ ਗ੍ਰਿਫਤਾਰ ਪੁਲਿਸ ਕਰ ਚੁੱਕੀ ਹੈ ਕਿ ਉਸ ਤੋਂ ਇਲਾਵਾ ਵੀ ਸਾਡੀ 4 ਟੀਮਸ ਡੈਡੀਕੇਟਡ ਟੀਮ ਇਸੀ ਕੇਸ 'ਤੇ ਲਗਾਈ ਗਈ ਹੈ ਅਤੇ ਡੀ ਐੱਸ ਪੀ ਡੀ ਅਤੇ ਸਾਡੇ ਡੀ ਐੱਸ ਪੀ ਗੁਰੂ ਹਰਸਾਏ ਯਾਦਵਿੰਦਰ ਬਾਜਵਾ ਆਹ ਕੇਸ ਨੂੰ ਪਰਸਨਲੀ ਇਨਵੈਸਟੀਗੇਟ ਕਰ ਰਹੇ ਹੈਗੇ ਅਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ 'ਤੇ ਵੀ ਜਲਦੀ ਗ੍ਰਿਫਤਾਰੀ ਕੀਤੀ ਮੈਂ ਤੁਹਾਨੂੰ ਦੱਸਿਆ ਕਿ ਟੋਟਲ 16 ਬੰਦਿਆਂ 'ਤੇ ਬਾਈ ਨੇਮ ਅਤੇ ਉਸ ਤੋਂ ਇਲਾਵਾ 20-25 ਬੰਦਿਆਂ 'ਤੇ 25-30 ਅਣਪਛਾਤੇ ਬੰਦਿਆਂ 'ਤੇ ਮਾਮਲਾ ਦਰਜ ਹੋਇਆ ਹੈਗਾ ਅਤੇ ਕਾਫੀ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਪਛਾਣ ਹੁਣ ਵੀ ਕੀਤੀ ਜਾ ਰਹੀ ਹੈ ਕਿਉਂਕਿ ਦੋਸ਼ੀਆਂ ਦੀ ਹਾਂਜੀ 2 ਹਥਿਆਰ ਜਿਹੜਾ ਹੈਗਾ ਦੋਸ਼ੀਆਂ ਤੋਂ ਬਰਾਮਦ ਕੀਤੇ ਗਏ ਹੈਗੇ 12 ਬੋਰ ਅਤੇ 315 ਬੋਰ ਬਰਾਮਦ ਕੀਤੇ ਗਏ ਹੈਗੇ ਹੋਰ ਵੀ ਜੇਕਰ ਕਿਸੇ ਕੋਈ ਹਥਿਆਰ ਵਰਤਿਆ ਗਿਆ ਹੈਗਾ ਉਹਦੇ ਬਾਰੇ ਵੀ ਹਾਂਜੀ ਕਾਰਨ ਜਿਹੜਾ ਹੈਗਾ ਜ਼ਮੀਨੀ ਵਿਵਾਦ ਹੀ ਹੈਗਾ ਜਿੱਥੇ ਇਹਨਾਂ ਨੇ ਜਿਹੜੀ ਮੁੰਡਈ ਬਿਰ ਸੀਗੀ ਉਹ ਕਾਬਿਜ਼ ਸੀਗੀ ਅਤੇ ਦੋਸ਼ੀ ਦਿਨ ਉੱਤੇ ਫੋਰਸਫੁਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਨ ਬਿਟਵੀਨ ਉਹਨਾਂ ਦਾ ਝਗੜਾ ਹੋਇਆ ਫਾਈਨਲ।